ਤੇ ਗੁਰਦਾਸਪੁਰ ਦੇ ਪਿੰਡ ਬਬਰੀ ਨੰਗਲ ਵਿੱਚ ਹਾਈ ਸਕੂਲ ਦੇ ਅਧਿਆਪਕ ਦੀ ਬਦਲੀ ਨੂੰ ਲੈ ਕੇ ਬੱਚਿਆਂ ਦੇ ਸਕੂਲ ਨੂੰ ਜਿੰਦਰਾ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸਕੂਲੀ ਬੱਚਿਆਂ ਦਾ ਕਹਿਣਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਕਾਰਨ ਤੋਂ ਅਧਿਆਪਕਾਂ ਦੀ ਬਦਲੀ ਕਰ ਰਹੀ ਹੈ, ਜਦੋਂ ਕਿ ਅਧਿਆਪਕ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾ ਰਹੇ ਹਨ। ਅਤੇ ਉਹਨਾਂ ਕਿਹਾ ਕਿ ਅਧਿਆਪਕਾਂ ਦੀ ਬਦਲੀ ਕਾਰਨ ਪੜ੍ਹਾਈ ਖਰਾਬ ਹੋ ਰਹੀ ਹੈ। ਇਸ ਦੌਰਾਨ ਸਕੂਲ ਮੁਖੀ ਅਨੁਰਾਧਾ ਨੇ ਦੱਸਿਆ ਕਿ ਹੈਂਡੀਕੈਪ ਅਧਿਆਪਕ ਵੀਰ ਸਿੰਘ ਦੀ ਬਦਲੀ ਨੂੰ ਲੈ ਕੇ ਬੱਚਿਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ। ਤੇ ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਆਖਿਆ ਕਿ ਅਧਿਆਪਕ ਦੀ ਬਦਲੀ ਰੋਕ ਦਿੱਤੀ ਗਈ ਹੈ, ਜਿਸ ਤੋਂ ਬਾਅਦ ਬੱਚਿਆਂ ਨੇ ਧਰਨਾ ਸਮਾਪਤ ਕਰ ਦਿੱਤਾ। ਸਾਡੇ ਸਕੂਲ ਦੇ ਟੀਚਰ ਨੇ ਵੀਰ ਸਿੰਘ ਸਰ ਉਹ ਇੰਗਲਿਸ਼ ਪੜ੍ਹਾਉਂਦੇ ਹਨ ਅਤੇ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਕਿਸੇ ਹੋਰ ਸਕੂਲ। ਇਸ ਨਾਲ ਸਾਡੀ ਪੜ੍ਹਾਈ ਜਿਹੜੀ ਆ ਉਹ ਵੀ ਕਾਫੀ ਪਿੱਛੇ ਰਹੇਗੀ। ਸਰਕਾਰ ਜਿਹੜੀ ਪੜ੍ਹਾਈ ਭਲਾਈ ਲਈ ਹੁੰਦੀ ਹੈ ਲੋਕਾਂ ਦੀ ਬਣਾਈ ਜਾਂਦੀ ਹੈ, ਪਰ ਇਹ ਆਪਣੀਆਂ ਸਹੂਲਤਾਂ ਕਰਕੇ ਬੱਚਿਆਂ ਦੀ ਪੜ੍ਹਾਈ ਖਰਾਬ ਕਰਦੇ ਪਏ। ਧਰਨਾ ਦਿੱਤਾ ਗਿਆ ਜਿਨ ਤੱਕ ਸਰ ਨਹੀਂ ਆਉਂਦੇ ਉਨ ਤੱਕ ਅਸੀਂ ਤਾਲੇ ਨਹੀਂ ਖੋਲ੍ਹਣੇ, ਨਾ ਡਿਸਪੈਂਸਰੀ ਚੱਲੇਗੀ, ਨਾ ਪ੍ਰਾਇਮਰੀ ਸਕੂਲ, ਨਾ ਹਾਈ ਸਕੂਲ ਚ ਖੁੱਲੇਗਾ। ਕੋਈ ਟੀਚਰ ਸਕੂਲ ਦਾ ਕੋਈ ਵੀ ਟੀਚਰ ਕਿਸੇ ਦੀ ਬਦਲੀ ਨਹੀਂ ਹੋਣੀ ਚਾਹੀਦੀ ਸਕੂਲ ਚ। ਸਾਡੇ ਜਿਹੜੇ ਇੰਗਲਿਸ਼ ਤੇ SSC ਟੀਚਰ ਵੀਰ ਸਰ ਆ ਉਹਨਾਂ ਦੀ ਬਦਲੀ ਰੱਦ ਕਰਾਉਣ ਵਾਸਤੇ ਕੱਲ ਸ਼ਾਮ ਨੂੰ ਮਤਲਬ ਸਾਨੂੰ ਪਤਾ ਲੱਗਾ ਵਾ ਕਿ ਸਰ ਦੀ ਜਿਹੜੀ ਬਦਲੀ ਆ ਉਹ ਹੋ ਗਈ ਆ, ਤੇ ਇਸ ਕਰਕੇ ਅਸੀਂ ਸਵੇਰੇ ਆ ਕੇ ਮੇਨ ਗੇਟ ਨੂੰ ਤਾਲੇ ਲਗਾਏ ਆ, ਜਿਸ ਕਾਰਨ ਪ੍ਰਾਇਮਰੀ ਸਕੂਲ ਹਾਈ ਸਕੂਲ ਤੇ ਡਿਸਪੈਂਸਰੀ ਵੀ ਬੰਦ ਰਹੇਗੀ। ਤੁਹਾਡੇ ਸਾਡੇ ਇੰਗਲਿਸ਼ ਤੇ SSC ਪੜ੍ਹਾਉਂਦੇ ਵੀਰ ਸਿੰਘ ਸਰ ਉਹਨਾਂ ਦੀ ਕੱਲ ਸ਼ਾਮ ਦੀ ਬਦਲੀ ਹੋ ਗਈ ਆ ਜੋ ਸਾਨੂੰ ਬਹੁਤ ਹੀ ਵਧੀਆ ਪੜ੍ਹਾਉਂਦੇ ਸਨ, ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਕੀਤਾ। ਇਹਨਾਂ ਨੇ ਧਰਨਾ ਇਸ ਲਈ ਕੀਤਾ ਸੀਗਾ ਕਿ ਇਹਨਾਂ ਦੇ ਬੜੇ ਹੀ ਪਿਆਰੇ ਟੀਚਰ ਸਰਦਾਰ ਵੀਰ ਸਿੰਘ ਦੀ ਸਰਕਾਰ ਵੱਲੋਂ ਆਰਜੀ ਐਡਜਸਟਮੈਂਟ ਲਗਾਈ ਗਈ ਸੀ, ਤੇ ਉਹ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕ ਨੇ ਉਹਨਾਂ ਨੂੰ ਟ੍ਰਾਂਸਫਰ ਰੋਕਣ ਲਈ ਉਸ ਨਾਰਾਜ਼ਗੀ 'ਚ ਬੱਚਿਆਂ ਨੇ ਕਦਮ ਉਠਾਇਆ ਸੀ, ਬਟ ਬੱਚਿਆਂ ਨੂੰ ਸਾਰਾ ਕੁਝ ਦੱਸ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ, ਡਿਪਟੀ DO ਰਾਕੇਸ਼ ਗੁਪਤਾ ਸਰ, ਗੁਰਨਾਮ ਸਰ, ਸਾਰਿਆਂ ਨੇ ਸਾਡੀ ਰਿਕੁਐਸਟ ਮੰਨੀ ਹੈ ਤੇ ਉਹਨਾਂ ਦੀ ਜਿਹੜੀ ਐਡਜਸਟਮੈਂਟ ਹੈ ਉਹ ਹਾਲ ਦੀ ਤੌਰ ਤੇ ਕੈਂਸਲ ਕਰ ਦਿੱਤੀ ਗਈ ਹੈ, ਤੇ ਇਹਦਾ ਸਾਨੂੰ ਲਿਖਤੀ ਪ੍ਰੂਫ ਵੀ ਉਹਨਾਂ ਨੇ ਭੇਜ ਦਿੱਤਾ। ਕਦੋਂ ਬਦਲੀ ਦੀ ਆਰਡਰ ਆਈ ਸੀ, ਕਿੱਥੇ ਕੀਤੀ ਗਈ ਬਦਲੀ, ਕਿੱਥੇ ਭਰੋਗੇ ਸਰ ਜੀ? ਬਦਲੀ ਦੇ ਆਰਡਰ ਕੱਲ ਆਏ ਸੀਗੇ, 3:30 ਆਏ ਸੀਗੇ, ਤੇ ਉਹਨਾਂ ਦੀ ਭੱਲੇ ਭੋਲੇ ਬੱਗੇ ਵੱਲ ਬਦਲੀ ਕੀਤੀ ਗਈ ਸੀਗੀ, ਤੇ ਫਿਲਹਾਲ ਬਦਲੀ ਦੀ ਜਿਹੜੀ ਹੈਗੀ ਹੈ ਕੈਂਸਲ ਹੋਣ ਦੀ ਰਿਕੁਐਸਟ ਉਹ ਅੱਜ ਸਵੇਰੇ ਸਾਨੂੰ ਉਹਨਾਂ ਨੇ 10:30 ਦੇ ਦਿੱਤੀ ਹੈ।